ਹੋ ਅੱਜ ਨਾ ਬਣੀ ਤੇ ਨਾਲੇ ਕੱਲ ਨਾ ਬਣੀ, ਹੋ ਮਿੱਤਰਾਂ ਦੀ ਕਿਤੇ ਕੋਈ ਗੱਲ ਨਾ ਬਣੀ। ਹੋ ਅੱਜ ਨਾ ਬਣੀ ਤੇ ਨਾਲੇ ਕੱਲ ਨਾ ਬਣੀ, ਹੋ ਮਿੱਤਰਾਂ ਦੀ ਕਿਤੇ ਕੋਈ ਗੱਲ ਨਾ ਬਣੀ। ਉਹ ਸਾਡੇ ਲੇਖਾਂ 'ਚੋਂ ਸੰਜੋਗ ਦੀ ਲਕੀਰ ਹਰ ਗਈ, ਲੇਖਾਂ 'ਚੋਂ ਸੰਜੋਗ ਦੀ ਲਕੀਰ ਹਰ ਗਈ। ਉਹ ਸਾਡੇ ਵਾਲੀ ਤਾਂ ਹੋ ਸਾਡੇ ਵਾਲੀ ਤਾਂ ਭਰੂਣ ਹੱਤਿਆ 'ਚ ਮਰ ਗਈ, ਉਹ ਸਾਡੇ ਵਾਲੀ ਤਾਂ ਆਲੀ ਤਾਂ ਭਰੂਣ ਹੱਤਿਆ 'ਚ ਮਰ ਗਈ, ਉਹ ਸਾਡੇ ਵਾਲੀ ਤਾਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਬਿੱਟੂ ਚੱਕਵਾਲਾ। ਪ੍ਰੋਗਰਾਮ ਰੰਗ ਪੰਜਾਬ ਦੇ ਵਿੱਚ newsnumber.com 'ਤੇ ਅੱਜ ਅਸੀਂ ਤੁਹਾਨੂੰ ਪੰਜਾਬੀ ਸੰਗੀਤ ਇੰਡਸਟਰੀ ਨਾਲ ਜੁੜੇ ਇੱਕ ਗੀਤਕਾਰ ਨੂੰ ਬੁਲਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਸੰਗੀਤ ਇੰਡਸਟਰੀ ਨੂੰ ਆਪਣੇ ਕੁਝ ਚੋਣਵੇਂ ਜਿਹੇ ਗੀਤਾਂ ਦੇ ਨਾਲ ਆਪਣੀ ਜਿਹੜੀ ਦਸਤਕ ਦਿੱਤੀ ਅਤੇ ਪੰਜਾਬੀਆਂ ਦੇ ਦਿਲਾਂ ਦੇ ਉੱਪਰ ਬਖੂਬੀ ਆਪਣੀ ਜਿਹੜੀ ਕਲਾ ਦਾ ਉਹ ਰੰਗ ਬਖੇਰ ਰਹੇ ਨੇ। ਜੀ ਹਾਂ ਦੋਸਤੋ, ਅੱਜ ਅਸੀਂ ਤੁਹਾਨੂੰ ਬੁਲਾਉਣ ਜਾ ਰਹੇ ਹਾਂ ਸਿੰਮਾ ਘੁਮਾਣ ਦੇ ਨਾਲ, ਜਿਨ੍ਹਾਂ ਨੂੰ ਸਿੰਮਾ ਝਨੇੜੀ ਵਾਲਾ ਦੇ ਨਾਂ ਨਾਲ ਵੀ ਜਾਣਦੇ ਨੇ। ਆਪਾਂ ਬਾਈ ਹੋਰਾਂ ਦੇ ਨਾਲ ਕਰਦੇ ਹਾਂ ਗੱਲਾਂ ਬਾਤਾਂ। ਸੋ ਬਾਈ ਜੀ, ਸਭ ਤੋਂ ਪਹਿਲਾਂ newsnumber.com 'ਤੇ ਤੁਹਾਡਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, newsnumber.com ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਕਰਦੇ ਹਾਂ। ਮੈਂ ਤੁਹਾਡਾ ਆਪਣਾ ਸਿੰਮਾ ਝਨੇੜੀ ਵਾਲਾ। ਸਿੰਮੇ ਵੀਰੇ, ਜਿਹੜੀ ਲਿਖਣ ਦੀ ਚੇਟਕ ਆ ਉਹ ਇਨਸਾਨ ਨੂੰ ਅਕਸਰ ਜਿਹੜੀ ਆਪਣੇ ਅੰਦਰ ਜਦੋਂ ਸਮਾਜ ਦੇ ਵਿੱਚ ਕੁਛ ਨਾ ਕੁਛ ਹੁੰਦਾ ਵੇਖਦਾ ਜਾਂ ਆਪਣੇ ਅੰਦਰ ਕੁਝ ਚੱਲ ਰਿਹਾ ਤਾਂ ਲਿਖਣ ਵੱਲ ਲੱਗਦਾ। ਆਪਾਂ ਇਹ ਅਕਸਰ ਗੱਲ ਕਰਦੇ ਹਾਂ, ਗੀਤਕਾਰ ਜਿਹੜੇ ਲੇਖਕ ਨੇ ਉਹ ਇਹੀ ਗੱਲ ਕਹਿੰਦੇ ਨੇ। ਤੁਹਾਡਾ ਵੀ ਸੇਮ ਇਹੀ ਤਰੀਕਾ ਜਾਂ ਕੋਈ ਹੋਰ ਕਾਰਨ ਆ ਜਿੱਥੋਂ ਲਿਖਣਾ ਸ਼ੁਰੂ ਕੀਤਾ? ਨਹੀਂ, ਅਸਲ 'ਚ ਮੈਂ ਕਿ ਆਪਣੇ ਜਿੱਦਾਂ ਮੇਲਿਆਂ ਦੇ ਵਿੱਚ ਉਹ ਸਿਨਰੀਆਂ ਨਹੀਂ ਹੁੰਦੀਆਂ, ਉਹ ਲੱਗੀਆਂ ਹੁੰਦੀਆਂ ਅੱਗੇ ਹੁੰਦੀ, ਉਹ ਕਿਤੇ ਇਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ, ਉਹ ਕਰ ਪਈ ਹੁੰਦੀ ਸੀ। ਚਾਹ ਹੋਰ ਚਰਖਾ ਕਰਦੀਆਂ, ਉਹ ਤੇ ਚਰਖੜਾ ਉਹ ਗਲੋਟੇ ਪਏ ਆ, ਮਾਈਆਂ ਜਾਂ ਸੱਥਾਂ ਦੀਆਂ ਬਣੀਆਂ ਹੁੰਦੀਆਂ ਸੀ ਅੱਗੇ ਘਰਾਂ 'ਚ ਲਾਉਂਦੇ ਉਹ ਸਿਨਰੀਆਂ। ਅੱਜ ਕੱਲ੍ਹ ਤਾਂ ਨਹੀਂ ਹੁੰਦੀ, ਅੱਜ ਕੱਲ੍ਹ ਤਾਂ ਹੋਰ ਹੀ ਡਿਜ਼ਾਇਨ ਆ ਗਏ ਜਾਂ ਹੋਰ ਆਪਣੇ ਗੁਲਦਸਤੇ ਆ ਗਏ ਇੱਦਾਂ ਵਗੈਰਾ, ਅਤੇ ਉਹ ਤਾਂ ਲਿਖੀ ਹੁੰਦੀ ਲਾਈਨ, ਉਹ ਤਾਂ ਕਿਤੇ ਇਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ, ਉਹ ਗੀਤ ਵੀ ਸੁਣਿਆ ਮੈਂ ਕਿਤੋਂ, ਮੈਂ ਯਾਰ ਕਿਵੇਂ ਲਿਖ ਲੈਂਦੇ ਨੇ ਇਹ, ਹੈ ਨਾ? ਆਪਾਂ ਵੀ ਕੋਸ਼ਿਸ਼ ਕਰੀਏ। ਮੈਂ ਫਿਰ ਮੇਰੇ ਬਹੁਤ ਟਾਈਮ ਦਿਮਾਗ 'ਚ ਘੁੰਮੀ ਗਿਆ, ਮੈਂ ਯਾਰ ਲਿਖ ਕੇ ਦੇਖਣਾ। ਅਤੇ ਚਲੋ ਫਿਰ ਮੈਂ ਲਿਖਦੇ ਲਿਖਦੇ, ਉਦੋਂ ਛੇਵੀਂ ਕਲਾਸ 'ਚ ਪੜ੍ਹਦਾ ਸੀ ਮੈਂ ਪਿੰਡ ਵਾਲੇ ਸਕੂਲ 'ਚ, ਅਤੇ ਫਿਰ ਮੈਂ ਪੰਛੀਆਂ 'ਤੇ ਗੀਤ ਲਿਖਿਆ। ਮੇਰੇ ਯਾਦ ਨਹੀਂ ਹੈਗਾ ਵੈਸੇ, ਮੈਨੂੰ ਇੱਦਾਂ ਪਤਾ ਵੀ ਪੰਛੀਆਂ 'ਤੇ ਲਿਖਿਆ ਸੀ, ਫਿਰ ਮੈਂ ਘਰੇ ਸੁਣਾਉਣ ਤੋਂ ਡਰਾਂ, ਉਹ ਯਾਰ ਕਹਿਣਗੇ ਕਿਹੜੇ ਕੰਮ ਪੈ ਗਿਆ। ਸਾਨੂੰ ਪਤਾ ਆਪਣੇ ਜੱਟ ਪਰਿਵਾਰਾਂ 'ਚ ਜ਼ਿਆਦਾਤਰ ਕਹਿੰਦੇ ਨੇ ਵੀ ਕਿੱਥੇ ਕੰਜਰ ਕਿੱਥੇ 'ਚ ਪੈ ਗਿਆ ਤੂੰ, ਜਾ ਹੋ ਨਾ। ਅਤੇ ਚਲੋ ਫਿਰ ਉਹ ਮੈਂ ਆਪਦੇ ਇੱਕ ਦੋ ਦੋਸਤਾਂ ਨੂੰ ਸੁਣਾਇਆ, ਹੈ ਨਾ, ਠੀਕ ਹੈ। ਫਿਰ ਉਦੋਂ ਬਾਅਦ ਗੀਤ ਨਹੀਂ ਚੰਗੀ ਤਰ੍ਹਾਂ ਲਿਖਣਾ ਆਉਂਦਾ ਸੀ, ਪਰ ਫਿਰ ਮੈਂ ਲਿਖਣੋਂ ਨਹੀਂ ਹਟਿਆ, ਲਿਖਦਾ ਰਿਹਾ, ਕਿਤਾਬਾਂ ਪੜ੍ਹਨ ਲੱਗੇ, ਹੌਲੀ ਹੌਲੀ ਇੰਟਰਸਟ ਸੀ ਆਪਦਾ, ਜੀ ਕਰਦਾ ਸੀ ਲਿਖਣ ਨੂੰ, ਅਤੇ ਉਸ ਚੀਜ਼ ਕਰਕੇ ਫਿਰ ਕਵਿਤਾਵਾਂ ਲਿਖਣ ਲੱਗ ਗਿਆ ਮੈਂ। ਕਿਉਂਕਿ ਗੀਤ ਦੇ ਵਿੱਚ ਇੱਕ ਰਿਧਮ ਲਾ ਲਓ, ਹੈ ਨਾ, ਇੱਕ ਤਾਲ ਲਾ ਲਓ, ਸਿਸਟਮ ਗਾਉਣ ਵਾਲਾ ਹੋਆ, ਕਵਿਤਾ ਖੁੱਲ੍ਹੀ ਹੁੰਦੀ ਆ, ਵਿਚਾਰ ਹੁੰਦੇ, ਆਪਾਂ ਕੁਛ ਵੀ ਆ, ਹੈ ਨਾ, ਆਪਾਂ ਲਿਖ ਸਕਦੇ ਹਾਂ। ਕਵਿਤਾਵਾਂ ਲਿਖਦਾ ਸੀ ਫਿਰ ਮੈਂ ਸ਼ੁਰੂ ਸ਼ੁਰੂ 'ਚ, ਮੈਂ ਪਲੱਸ ਟੂ ਤੱਕ ਕਵਿਤਾਵਾਂ ਲਿਖੀਆਂ, ਕਾਲਜ ਤੱਕ ਵੀ ਲਿਖੀਆਂ। ਉਦੋਂ ਬਾਅਦ ਫਿਰ ਮੈਨੂੰ ਲੱਗਿਆ ਵੀ ਗੀਤ ਲਿਖਦੇ ਹਾਂ ਆਪਾਂ, ਕਿਉਂਕਿ ਕਵਿਤਾਵਾਂ ਦਾ ਕੀ ਹੈ, 40-45 ਸਾਲ ਦੀ ਉਮਰ 'ਚ ਜਾ ਕੇ ਬੰਦਾ ਸਿਆਣਾ ਹੁੰਦਾ ਜਾਂ ਕਿਤਾਬ ਛਪਵਾਉਂਦਾ, ਕੋਈ ਅੱਜ ਕੱਲ੍ਹ ਬੱਚਾ ਜਾਂ ਕੋਈ ਘੱਟ ਉਮਰ ਦਾ ਕਿਤਾਬ ਛਪਵਾ ਦੇ ਜਾਂ ਵਿਚਾਰ ਪੱਕੇ ਨਹੀਂ ਹੁੰਦੇ, ਗੀਤਾਂ 'ਚ ਇਹ ਲੱਗਦਾ ਹੁੰਦਾ ਵੀ ਯਾਰ ਉਹਦੀ ਚੜ੍ਹਾਈ ਜੀ ਹੋ ਗਈ, ਨਾ ਬੋਲਦਾ, ਇੱਕ ਗੀਤ ਨਾਲ ਹੀ ਇਹ ਨਹੀਂ ਪਤਾ ਬੰਦਾ ਕਿੱਥੇ ਵਗ ਜੇ। ਅਤੇ ਕਵਿਤਾਵਾਂ ਵਾਲੇ ਪੱਖ ਤੋਂ ਕੀ ਹੈ, ਬਹੁਤ ਸਰੋਤੇ ਕਿਤਾਬਾਂ ਬਹੁਤ ਘੱਟ ਪੜ੍ਹਦੇ ਆ ਲੋਕ, ਨਾ, ਸੁਣਨ ਵਾਲੇ ਜ਼ਿਆਦੇ ਆ, ਕਿਤਾਬਾਂ ਪੜ੍ਹਨ ਵਾਲੇ ਬਹੁਤ ਘੱਟ ਆ। ਇਸ ਕਰਕੇ
ਗੀਤਕਾਰੀ ਕਹਿੰਦੀ ਮੈਂ ਸੋਚਿਆ ਮੈਂ ਗੀਤ ਲਿਖਦੇ ਹੈ ਨਾ, ਵੈਸੇ ਮੈਂ ਕਵਿਤਾਵਾਂ ਲਿਖਦਾ ਹੁੰਦਾ ਸ਼ੁਰੂ 'ਚ, ਅਤੇ ਉੱਥੋਂ ਹੌਲੀ ਹੌਲੀ ਚਲੋ ਜਿੱਦਾਂ ਦਾ ਆਪਾਂ ਚਾਹੁੰਦੇ ਹੁੰਦੇ ਹਾਂ ਸਰਕਲ ਬਣਿਆ, ਅਤੇ ਉੱਦਾਂ ਦੇ ਆਪਾਂ ਨੂੰ ਮਿੱਤਰ ਦੋਸਤ ਹੈ ਨਾ ਮਿਲਣ ਲੱਗੇ। ਥੋੜ੍ਹਾ ਜਿਹਾ ਤੁਹਾਡੇ ਪਰਿਵਾਰਕ ਪਿਛੋਕੜ ਬਾਰੇ ਅਤੇ ਪਿੰਡ ਬਾਰੇ ਚੰਗੀ ਤਰ੍ਹਾਂ ਦੱਸੋਗੇ, ਕਿਹੜੇ ਜ਼ਿਲ੍ਹੇ 'ਚ ਆ ਕੇ? ਪਿੰਡ ਭਾਈ ਆਪਣਾ ਝਨੇੜੀ ਹੈ ਜੀ, ਭਵਾਨੀਗੜ੍ਹ ਕੋਲ, ਜ਼ਿਲ੍ਹਾ ਆਪਣਾ ਸੰਗਰੂਰ ਆ, ਹੈ ਨਾ, ਸੰਗਰੂਰ ਜ਼ਿਲ੍ਹਾ, ਸੰਗਰੂਰ ਵਾਲੇ। ਹਾਂਜੀ, ਅਤੇ ਪਰਿਵਾਰ ਆਪਣੇ ਤੁਹਾਨੂੰ ਪਤਾ ਸਾਂਝੇ ਪਰਿਵਾਰ ਹੁੰਦੇ ਆ ਪਿੰਡਾਂ 'ਚ, ਹੈ ਨਾ। ਚਲੋ ਹੁਣ ਤਾਂ ਅੱਡ ਅੱਡ ਹੋ ਗਏ, ਪਰ ਜੇ ਛੋਟਾ ਸੀ ਮੈਂ ਉਦੋਂ ਸਾਡਾ ਪਰਿਵਾਰ ਸਾਂਝਾ ਸੀ। ਤੁਹਾਡੇ ਵਾਲੀ ਸਾਈਡ ਤਾਂ ਹਲੇ ਵੀ ਰੁਝਾਨ ਹੈਗਾ, ਇਕੱਠੇ ਰਹਿੰਦੇ ਨੇ ਜ਼ਿਆਦਾ? ਹਾਂ ਹਾਂ, ਜ਼ਿਆਦਾਤਰ, ਪਰ ਅੱਜ ਕੱਲ੍ਹ ਹੁਣ ਤੁਹਾਨੂੰ ਪਤਾ ਸਮਾਂ ਬਦਲੀ ਜਾਂਦਾ, ਨਹੀਂ ਮੱਤ ਮਿਲਦੀ ਕਿਸੇ ਦੀ, ਫਿਰ ਅਗਲਾ ਕਹਿੰਦਾ ਯਾਰ ਭਾਂਡੇ ਵੰਡੇ ਚੰਗੇ ਨੇ, ਹੈ ਨਾ, ਖੜਕਦੇ ਵੀ ਬਹੁਤ ਅੱਜ ਕੱਲ੍ਹ ਭਾਂਡੇ। ਅੱਛਾ ਬਾਈ, ਤੁਸੀਂ ਜਦੋਂ ਲਿਖਦੇ ਹੋ ਹੈ ਨਾ, ਲਿਖਣ ਦਾ ਹਰ ਇੱਕ ਬੰਦੇ ਦਾ ਤਰੀਕਾ ਹੁੰਦਾ, ਲਿਖਣ ਤੋਂ ਪਹਿਲਾਂ ਪੜ੍ਹਨਾ ਕਿੰਨਾ ਕੁ ਜ਼ਰੂਰੀ ਸਮਝਦੇ ਹੋ? ਕੀ ਪੜ੍ਹਿਆ ਤੁਸੀਂ ਅੱਜ ਤੱਕ, ਕਿਹੜੇ ਲੇਖਕਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹੋ? ਇਕੱਲਾ ਪੜ੍ਹਨ ਨਾਲ, ਮੇਰਾ ਸੋਚਣਾ ਵੀ ਇਕੱਲਾ ਪੜ੍ਹਨ ਨਾਲ ਕੋਈ ਲਿਖਣ ਨਹੀਂ ਲੱਗ ਜਾਂਦਾ, ਕਿਸੇ ਚੀਜ਼ ਦੀ ਸਮਝ ਹੋਣੀ। ਇੱਕ ਲਾ ਲਓ ਆਪਾਂ ਚੰਨ ਨੂੰ ਦੇਖ ਰਹੇ ਹਾਂ, ਹੈ ਨਾ, ਹੁਣ ਦਿਖ ਤਾਂ ਉਹ ਸਭ ਨੂੰ ਰਿਹਾ, ਨਜ਼ਰੀਆ ਆਪਣਾ ਉਹ ਵੀ ਕੌਣ ਬੰਦਾ ਕਿਸ ਤਰ੍ਹਾਂ ਦੇਖ ਰਿਹਾ। ਕੋਈ ਬੇਬੇ ਹੋਰਾਂ ਅੱਗੇ ਕਹਿੰਦੀ ਹੁੰਦੀ ਪੁੱਤ ਉਹ ਦੇਖੋ ਵੀ ਉੱਥੇ ਬੁੱਢੀ ਚਰਖਾ ਕੱਤਦੀ ਆ ਚੰਨ 'ਚ, ਹੈ ਨਾ। ਹੁਣ ਉਸੇ ਚੰਨ ਨੂੰ ਕੋਈ ਬੰਦਾ ਕਹੀ ਜਾਂਦਾ ਮੇਰੀ ਮਸ਼ੂਕ ਵਰਗੀ ਆ ਜਾਂ ਕੁੜੀ ਵਰਗੀ ਆ, ਹੈ ਨਾ। ਉਹੀ ਚੰਨ ਨੂੰ ਕੁੜੀ ਹੋਰ ਐਂਗਲ ਤੋਂ ਉਹ ਕਰੀ ਜਾਂਦੇ, ਨਜ਼ਰੀਆ ਆਪਣਾ ਆਪਣਾ ਸਾਰਿਆਂ ਨੂੰ, ਹੈ ਨਾ। ਸਮਝਣ ਦੀ ਗੱਲ ਆ, ਆਪਣੇ ਖਿਆਲ ਨੂੰ ਕੋਈ ਕਵਿਤਾ ਰਾਹੀਂ ਦੱਸ ਦਿੰਦਾ, ਅਤੇ ਕੋਈ ਗੀਤ ਲਿਖ ਲੈਂਦਾ, ਕੋਈ ਗਜ਼ਲ ਲਿਖ ਲੈਂਦਾ, ਕੋਈ ਨਾਵਲ ਲਿਖ ਲੈਂਦਾ, ਹੈ ਨਾ। ਵਿਚਾਰ ਨੇ ਆਪਣੇ ਆਪਣੇ, ਇੱਕ ਤਰੀਕਾ ਲਿਖਣ ਦਾ ਸਾਰਿਆਂ ਦਾ। ਮੈਂ ਸੋਚਦਾ ਹੁੰਦਾ ਵੀ ਮੈਂ ਥੋੜ੍ਹਾ ਜਿਹਾ ਪਹਿਲੇ ਬਾਅਦ 'ਚ ਹੋਇਆ, ਮੈਨੂੰ ਪਹਿਲਾਂ ਜੰਮਣਾ ਚਾਹੀਦਾ ਸੀ 1970 'ਚ, ਕਿਉਂਕਿ ਮੇਰੇ ਗੀਤਾਂ ਸ਼ਬਦ ਜਾਂ ਉਹ ਚੀਜ਼ਾਂ, ਉਹ ਉੱਦਾਂ ਦੀਆਂ ਕਿਤਾਬਾਂ ਪੜ੍ਹ ਕੇ ਖੁਸ਼ ਹਾਂ ਮੈਂ ਤੁਹਾਡੀਆਂ ਗੱਲਾਂ 'ਚ ਵੀ। ਹਾਂ, ਉਹ ਚੀਜ਼ਾਂ ਥੋੜ੍ਹਾ ਜਿਹਾ ਠੇਠਪਣਾ ਜਿਹਾ ਉਹ, ਹੁਣ ਕੀ ਆ, ਹੁਣ ਬਦਲੀ ਜਾਂਦਾ ਮਾਹੌਲ, ਗੀਤ ਵੀ ਥੋੜ੍ਹੇ ਜਿਹੇ ਵਿੱਚ ਇੰਗਲਿਸ਼ ਜਾਂ ਉਹ ਆਉਣ ਲੱਗ ਗਈ। ਮੈਂ ਸੋਚਦਾ ਹੁੰਦਾ ਮੇਰੀ ਪੇਂਡੂ ਗੀਤਕਾਰੀ ਆ, ਹੈ ਨਾ, ਜਾਂ ਹੋ ਸਕਦਾ ਖਿਆਲ ਵੱਡਾ ਹੋਵੇ, ਗੀਤਕਾਰੀ ਦਾ ਕੋਈ ਪੱਧਰ ਨਹੀਂ ਹੁੰਦਾ ਵੀ ਇਹ ਪੇਂਡੂ ਆ ਜਾਂ ਕੁਛ ਹੋਰ ਹੋਵੇ। ਇੱਕ ਅਨਪੜ੍ਹ ਬੰਦਾ ਵੀ ਲਾ ਲਓ ਸੱਥ 'ਚ ਬੈਠਾ ਇੱਕ PhD ਵਾਲੇ ਨਾਲ, ਉਹ ਸਿਆਣੀ ਗੱਲ ਕਰ ਸਕਦਾ। ਸੋਚ ਦਾ ਕੋਈ ਪੱਧਰ ਨਹੀਂ ਹੈਗਾ, ਕੋਈ ਕਿੰਨਾ ਵੀ ਉੱਚਾ ਸੋਚ ਸਕਦਾ, ਇੱਕ ਬੱਚਾ ਵੀ ਪਤਾ ਨਹੀਂ ਕਿੰਨਾ ਕੁ ਉੱਚਾ ਸੋਚ ਲਏ, ਸਿਆਣਾ ਵੀ ਉਹ ਗੱਲ ਨਾ ਕਹਿ ਸਕਦਾ ਹੋਵੇ। ਇੱਦਾਂ ਹੀ ਆ ਵੀ ਮੈਂ ਸੋਚਦਾ ਹੁੰਦਾ ਵੀ ਮੈਂ ਥੋੜ੍ਹਾ ਜਿਹਾ ਗੀਤ ਦਾ ਅੱਜ ਕੱਲ੍ਹ ਦੇ ਜਿਵੇਂ ਹੋਰ ਆ ਉਦੋਂ ਥੋੜ੍ਹਾ ਜਿਹਾ ਹਟ ਕੇ ਲਿਖਦਾ, ਹੈ ਨਾ, ਅਤੇ ਮੈਨੂੰ ਸਕੂਨ ਵੀ ਉੱਦਾਂ ਦੀ ਆਉਂਦਾ ਉੱਦਾਂ ਦੇ ਗੀਤ ਲਿਖ ਕੇ, ਪੇਂਡੂ ਪਾਣਾ ਵਾਲਾ ਆਪਣਾ ਜਿਹੜਾ ਅੰਦਰੋਂ ਆ ਜਿੱਦਾਂ ਦਾ ਮੈਂ ਹੈਗਾ ਉੱਦਾਂ ਦਾ ਲਿਖ ਕੇ। ਹੁਣ ਮੈਂ ਗੀਤਾਂ 'ਚ ਲਿਖੀ ਜਾਵਾਂ ਮੇਰੇ ਲਵੇ ਭਾਈ ਰੇਂਜ ਰੋਵਰ ਹੈ, ਮੈਂ ਉਹ ਕਰ ਦੂੰਗਾ, ਉਹ ਕਰ ਦੂੰ, ਬੰਦੇ ਮਾਰ ਦੂੰ, ਜਦ ਆਪਾਂ ਉਹ ਹੈ ਹੀ ਨਹੀਂ। ਆ ਬੈਲੀਆਂ ਦੇ ਲਾਣੇ ਵਾਲਾ ਮੈਂ ਤਾਂ ਲਿਖਿਆ ਸੀ ਕਿਉਂਕਿ ਸਾਡਾ ਪਰਿਵਾਰਕ ਪਿਛੋਕੜ ਜਾਂ ਸਾਡਾ ਪਿੰਡੇ ਬੈਲੀਆਂ ਦਾ, ਸਾਡੇ ਪਿੰਡ ਦੀ ਕਹਾਵਤ ਸੀ ਅੱਗੇ, ਕਹਿੰਦੇ ਹੁੰਦੇ ਵੀ ਝਨੇੜੀ ਵਾਲੇ ਲੜਾਕੇ ਨੇ, ਵੀ ਯਾਰ ਲੜਨੋਂ ਹਟ ਜਾਓ, ਲੜਾਈ ਝਗੜਿਆਂ 'ਚ ਕੀ ਹੈ, ਕਿਤੇ ਇਹ ਦਿਨ ਆ ਜਾਵੇ ਵੀ ਅਗਲਾ ਕਹੇ ਬਾਈ ਝਨੇੜੀ ਸਾਕ ਨਹੀਂ ਕਰਨਾ। ਬਾਈ ਉਹਨਾਂ ਨੂੰ ਖਤਰਾ ਤਾਂ ਨਹੀਂ ਹੋਇਆ ਵਾ ਕਿਤੇ ਝਨੇੜੀ ਪਿੰਡ 'ਚ ਜਨਮ ਲੈ ਕੇ? ਨਾ ਨਾ ਬਾਈ, ਵਧੀਆ ਪਿੰਡ, ਪਿਆਰ ਹੀ ਹੁੰਦਾ ਬਾਈ, ਜਿੱਦਾਂ ਮਰਜ਼ੀ ਹੋਵੇ, ਹੈ ਨਾ, ਪਿੰਡ ਜੀ ਫੁੱਲ ਲੱਗਦਾ ਆਪਣਾ, ਕਿਉਂਕਿ ਜਿੱਥੇ ਜੰਮੇ ਬੜੇ ਹੋਈਏ ਮੋਹ ਹੁੰਦਾ ਉਸ ਮਿੱਟੀ ਨਾਲ। ਦੋਸਤੋ, ਬਾਈ ਸਿੰਮੇ ਦੇ ਗੀਤ ਬੜੇ ਖੁੱਲ੍ਹੇ ਡੁੱਲੇ ਨੇ, ਅਤੇ ਪੇਂਡੂ ਕਲਚਰ ਦੀ ਗੱਲ ਕਰਦੇ ਆ, ਪੰਜਾਬੀ ਸੱਭਿਆਚਾਰ ਦੀ ਅਤੇ ਪੰਜਾਬੀਆਂ ਦੇ ਸੁਭਾਅ ਦੀ ਗੱਲ ਕਰਦੇ ਆ। ਪਹਿਲਾਂ ਅਸੀਂ ਬੈਠੇ ਅੰਦਰ ਗੱਲਾਂ ਬਾਤਾਂ ਕਰ ਰਹੇ ਸੀ, ਸੋ ਚਾਹ ਪੀਣ ਤੋਂ ਬਾਅਦ ਹੁਣ ਸੋਚਿਆ ਬਾਈ ਦੇ ਗੀਤਾਂ ਦੇ ਸੁਭਾਅ ਦੇ ਹਿਸਾਬ ਨਾਲ ਉਹੋ ਜਿਹਾ ਮਾਹੌਲ ਵੀ ਲੱਭਿਆ ਜਾਵੇ। ਹੁਣ ਅਸੀਂ ਬਾਹਰ ਵਿਹੜੇ ਦੇ ਵਿੱਚ ਖੁੱਲ੍ਹੇ ਲਾਂਘ ਦੇ ਵਿੱਚ ਬੈਠੇ ਹਾਂ, ਅਤੇ ਸਿੰਮੇ ਬਾਈ ਨਾਲ ਅਗਲੀਆਂ ਗੱਲਾਂ ਬਾਤਾਂ ਕਰਾਂਗੇ। ਬਾਈ, ਤੁਹਾਡਾ ਗਾਣਾ ਆਇਆ ਸੀ ਮੁੰਡਾ ਜੱਟ ਦਾ, ਹਾਂਜੀ ਹਾਂਜੀ, ਅਤੇ ਉਹ ਗਾਣੇ ਦਾ ਥੋੜ੍ਹਾ ਜਿਹਾ ਵਿਵਾਦ ਜਿਹਾ ਬਣਿਆ, ਉਸਦਾ ਤੁਸੀਂ ਜਵਾਬ ਦਿੱਤਾ ਸੀ ਮੁੜ ਕੇ ਧੀ ਜੱਟ ਦੀ ਰਾਹੀਂ, ਅਤੇ ਕਾਰਨ ਕੀ ਸੀ ਉਹ ਗੀਤ ਦਾ, ਕੀ ਚੱਕਰ ਸੀਗਾ, ਥੋੜ੍ਹਾ ਜਿਹਾ ਦੱਸੋ ਮਾੜਾ। ਅਸਲ 'ਚ ਗੀਤ ਸਭਾ 21 ਆਪਾਂ
ਲਾ ਲਓ ਮਨੋਰੰਜਨ ਲਈ ਨੇ ਗੀਤ, ਮੈਂ ਉਹ ਸਭਾਇਕੀ ਲਿਖਿਆ ਸੀ, ਮੇਰਾ ਕੋਈ ਇਹ ਮਕਸਦ ਨਹੀਂ ਸੀ ਵੀ ਕਿਸੇ ਨੂੰ ਠੇਸ ਪਹੁੰਚੇ, ਜਦ ਵੀ ਕਿਸੇ ਦੀ ਭਾਵਨਾ ਨੂੰ ਦੁਖੀ ਹੋਵੇ ਕੋਈ, ਜਾਂ ਕੁੜੀ ਨੂੰ ਨੀਚਾ ਕੀਤਾ ਜਾਵੇ, ਮੁੰਡੇ ਨੂੰ ਆਪਾਂ ਉੱਪਰ ਦਿਖਾਉਂਦੇ ਹਾਂ ਵੀ ਮੁੰਡੇ ਦੀ ਮਹੱਤਤਾ ਦਰਸਾਈਏ ਵੀ ਮੁੰਡਾ ਜ਼ਿਆਦਾ ਜ਼ਰੂਰੀ ਆ, ਪਰ ਨਹੀਂ, ਮੈਂ ਇੱਦਾਂ ਨਹੀਂ ਸੋਚਦਾ। ਮੈਂ ਕਾਫੀ ਟਾਈਮ ਪਹਿਲਾਂ ਗੀਤ ਵੀ ਕੀਤਾ ਸੀ ਇੱਕ, ਉਹ ਕੁੜੀਆਂ ਬਾਰੇ ਸੀ, ਭਰੂਣ ਹੱਤਿਆ, ਤੁਹਾਨੂੰ ਉਹਦੇ ਕੁਛ ਬੋਲ ਸੁਣਾਉਣਾ ਮੈਂ। ਉਹਦਾ ਸੀ ਕਹਿੰਦਾ ਇੱਕ ਬੰਦਾ, ਉਹਨੂੰ ਕੋਈ ਪੁੱਛਦਾ ਆ ਕੇ, ਵਿਅੰਗ ਕੀਤਾ ਸੀ ਮੈਂ ਵਿਅੰਗਾਤਮਕ ਤਰੀਕੇ ਨਾਲ, ਵੀ ਇੱਕ ਬੰਦੇ ਨੂੰ ਆ ਕੇ ਕੋਈ ਪੁੱਛਦਾ ਵੀ ਤੂੰ ਛੜਾ ਕਿਉਂ ਆ, ਕਿਉਂਕਿ ਅੱਜ ਕੱਲ੍ਹ ਥੋੜ੍ਹਾ ਜਿਹਾ ਮਸਾਲਾ ਲਾਉਣਾ ਪੈਂਦਾ ਗੀਤਾਂ ਨੂੰ, ਜਿਸ ਕਰਕੇ ਆਪਾਂ ਆਪਦਾ ਜਿਹੜਾ ਭਾਵਨਾ ਜਾਂ ਜੋ ਸੰਦੇਸ਼ ਆ ਕੁਛ ਵੀ ਆ ਪਚਾ ਸਕੀਏ, ਕਲੀਅਰ ਕਰ ਸਕੀਏ, ਜੁੜਦੇ ਆ ਲੋਕ ਵੀ ਉਹਦੇ ਨਾਲ ਥੋੜ੍ਹਾ ਜਿਹਾ, ਹੈ ਨਾ। ਅਤੇ ਕੀ ਹੋਇਆ, ਉਹ ਗੀਤ ਸੀ ਵੀ ਪੁੱਛਦੇ ਆ ਕੇ ਅਤੇ ਉਹ ਕਹਿੰਦੀ ਆ ਵੀ ਤੂੰ ਛੜਾ ਕਿਉਂ ਆ, ਉਹ ਦੱਸਦਾ ਮੈਂ ਕਿਉਂ ਛੜਾ, ਉਹਦੇ ਦੋ ਅੰਤਰੇ ਤੁਹਾਨੂੰ ਸੁਣਾਉਣਾ, ਕਹਿੰਦਾ ਸਥਾਈ ਅੰਤਰਾ ਸੁਣਾਉਣਾ, ਕਹਿੰਦਾ ਹੋ ਅੱਜ ਨਾ ਬਣੀ ਤੇ ਨਾਲੇ ਕੱਲ ਨਾ ਬਣੀ, ਹੋ ਮਿੱਤਰਾਂ ਦੀ ਕਿਤੇ ਕੋਈ ਗੱਲ ਨਾ ਬਣੀ, ਹੋ ਅੱਜ ਨਾ ਬਣੀ ਤੇ ਨਾਲੇ ਕੱਲ ਨਾ ਬਣੀ, ਹੋ ਮਿੱਤਰਾਂ ਦੀ ਕਿਤੇ ਕੋਈ ਗੱਲ ਨਾ ਬਣੀ, ਉਹ ਸਾਡੇ ਲੇਖਾਂ 'ਚੋਂ ਸੰਜੋਗ ਦੀ ਲਕੀਰ ਹਰ ਗਈ, ਲੇਖਾਂ 'ਚੋਂ ਸੰਜੋਗ ਦੀ ਲਕੀਰ ਹਰ ਗਈ, ਉਹ ਸਾਡੇ ਵਾਲੀ ਤਾਂ, ਉਹ ਸਾਡੇ ਵਾਲੀ ਤਾਂ ਭਰੂਣ ਹੱਤਿਆ 'ਚ ਮਰ ਗਈ, ਉਹ ਸਾਡੇ ਵਾਲੀ ਤਾਂ, ਆਲੀ ਤਾਂ ਭਰੂਣ ਹੱਤਿਆ 'ਚ ਮਰ ਗਈ, ਉਹ ਸਾਡੇ ਵਾਲੀ ਤਾਂ। ਬਈ ਬੇਸ਼ੱਕ ਕਮਾਲ ਦੀ ਚੀਜ਼ ਆ, ਹੈ ਨਾ, ਪਰ ਪਹਿਲੀ ਵਾਰੀ ਸੁਣਨ ਨੂੰ ਬੰਦੇ ਨੂੰ ਇਹ ਲੱਗਦਾ ਯਾਰ ਸਾਡੇ ਵਾਲੀ, ਅਤੇ ਉਸ ਤੋਂ ਬਾਅਦ ਜੋ ਤੁਸੀਂ ਭਰੂਣ ਹੱਤਿਆ 'ਤੇ ਵਿਅੰਗ ਕੀਤਾ, ਫਿਰ ਬੰਦੇ ਦਾ ਮਨ ਉਸ ਪਾਸੇ ਜਾਂਦਾ। ਬਾਕੀ ਤੁਹਾਡਾ ਇੱਕ ਸਮਾਜ ਨੂੰ ਜਿਹੜਾ ਅੱਗੇ ਦਾ ਅੰਤਰਾ ਸੀ ਉਹਦੇ ਵਿੱਚ ਜ਼ਿਆਦਾ ਖੁੱਲ੍ਹ ਕੇ ਗੱਲ ਪਤਾ ਲੱਗਦੀ ਆ। ਕਹਿੰਦਾ ਹੋ ਬਣਨਾ ਸੀ ਜੀ ਨੇ ਸਾਡੇ ਮਾਪਿਆਂ ਦੀ ਨੂੰ ਬਈ, ਉਹਨੂੰ ਨਾ ਦਿਖਾਇਆ ਗਿਆ ਜੱਗ ਦਾ ਵੀ ਮੂੰਹ ਬਈ, ਹੋ ਬਣਨਾ ਸੀ ਜੀ ਨੇ ਸਾਡੇ ਮਾਪਿਆਂ ਦੀ ਨੂੰ ਬਈ, ਉਹਨੂੰ ਨਾ ਦਿਖਾਇਆ ਗਿਆ ਜੱਗ ਦਾ ਵੀ ਮੂੰਹ ਬਈ, ਹੋ ਕਿਹੜੇ ਜ਼ਾਲਮਾਂ ਦੀ, ਹੋ ਕਿਹੜੇ ਜ਼ਾਲਮਾਂ ਦੀ ਸੋਚ ਐਡਾ ਪਾਪ ਕਰ ਗਈ, ਉਹ ਸਾਡੇ ਵਾਲੀ ਤਾਂ, ਉਹ ਸਾਡੇ ਵਾਲੀ ਤਾਂ ਭਰੂਣ ਹੱਤਿਆ 'ਚ ਮਰ ਗਈ, ਉਹ ਸਾਡੇ ਵਾਲੀ ਤਾਂ। ਇਹ ਸੀ ਉਹ ਗੀਤ ਆਪਣਾ ਭਰੂਣ ਹੱਤਿਆ ਵਾਲਾ, ਜਿਹੜਾ ਭਰੂਣ ਹੱਤਿਆ ਕਰ ਕੁੜੀਆਂ ਦੇ ਹੱਕ 'ਚ ਕੀਤਾ ਸੀ, ਅਤੇ ਇੱਕ ਸਮਾਜਿਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ। ਪਰ ਸੰਗੀਤ ਦੇ ਵਿੱਚ ਐਂ ਵੀ ਆਪਾਂ ਨੂੰ ਹਰ ਤਰ੍ਹਾਂ ਦਾ ਮੈਟਰ ਲਿਖਣਾ ਪੈਂਦਾ, ਹੈ ਨਾ, ਕੁਛ ਅਸਲੇ ਵਾਲੇ ਗੀਤ ਵੀ ਹੁੰਦੇ ਆ ਕੁਝ, ਅਤੇ ਉਹ ਚੀਜ਼ਾਂ ਕਰਕੇ ਆਪਾਂ ਨੂੰ ਹਰ ਤਰ੍ਹਾਂ ਦਾ ਲਿਖਣਾ ਪੈਂਦਾ। ਮੁੰਡੇ ਵਾਲੀ ਗੱਲ 'ਤੇ ਹੁਣ ਆ ਜਾਓ, ਸਵੈ ਕੇ ਲਿਖਣ ਵਾਲੀ, ਸਵੈ ਕੇ ਇਹ ਗੱਲ ਵੀ ਦੇਖੋ ਆਪਣਾ ਪੁਰਾਣਾ ਫੋਕ ਆ, ਹੈ ਨਾ, ਆਪਣੇ ਲੋਕ ਗੀਤ ਲਾ ਲਓ ਜਾਂ ਬਥੇਰਿਆਂ 'ਚ ਦੇਖੋ ਕੈਸੀ ਗੱਲ ਆ, ਆਹ ਚੱਲ ਚੱਲੀਏ ਜਰਗ ਦੇ ਮੇਲੇ ਨਹੀਂ ਮੁੰਡਾ ਤੇਰਾ ਮੈਂ ਚੱਕ ਲੂੰ, ਉੱਥੇ ਵੀ ਕਿਸੇ ਨੇ ਕੁੜੀ ਨਹੀਂ ਕਿਹਾ ਹੈਗਾ ਵੀ ਚੱਲ ਚੱਲੀਏ ਜਰਗ ਦੇ ਮੇਲੇ ਵੀ ਕੁੜੀ ਤੇਰੀ ਮੈਂ। ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਬਿਤਕਰੇ ਦੀ ਗੱਲ ਨਹੀਂ ਕੀਤੀ ਤੁਸੀਂ, ਸਿਰਫ ਇੱਕ ਸਮਾਜ ਦੇ ਵਿੱਚ ਸਵੈ ਕੁੜੀਆਂ ਦੇ ਵੀ ਬਥੇਰੇ ਗੀਤ ਆ, ਆਪਣੇ ਹਰ ਤਰ੍ਹਾਂ ਦੇ ਫੋਕ ਦੇ ਵਿੱਚ ਵੀ ਹਰ ਤਰ੍ਹਾਂ ਦਾ ਲਿਖਿਆ ਗਿਆ, ਹੈ ਨਾ। ਅਤੇ ਜਿਵੇਂ ਉਹ ਸੀ ਆਪਣਾ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ, ਉੱਥੇ ਹੁਣ ਗੁਰਦਾਸ ਮਾਨ ਸਾਹਿਬ ਨੇ ਕਿਹਾ ਇੱਕ ਵਾਰ ਇੱਕ ਅਖਾੜੇ 'ਚ, ਧੀਆਂ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ, ਹੁਣ ਉਹੀ ਗੱਲ ਕਿੰਨੀ ਸੋਹਣੀ ਲੱਗਣ ਲੱਗ ਗਈ। ਵੀ ਕਈ ਵਾਰ ਕੁਛ ਚੀਜ਼ਾਂ ਵੈਸੇ ਹੀ ਸਵਾਇਕੀ ਹੁੰਦੀਆਂ ਨੇ, ਉਹ ਕਿਸੇ ਨੂੰ ਠੇਸ ਪਹੁੰਚਾਉਣ ਲਈ ਜਾਂ ਉਹਦੇ ਲਈ। ਇਹਦੇ ਜਵਾਬ 'ਚ ਵੀ ਮੈਂ ਗੀਤ ਲਿਖਿਆ ਸੀ ਧੀ ਜੱਟੀ ਵਾਲੇ, ਵੀ ਉਹ ਘਰ ਵਾਲੀ ਉਹਦੇ ਪਿੱਛੇ ਆਉਂਦੀ ਆ ਤੁਰੀ, ਉਹ ਕਹਿ ਰਹੀ ਆ ਵੀ ਆਹ ਮੈਂ ਵੀ ਤੇਰੇ ਪਿੱਛੇ ਪਹਿਲਾਂ ਪਾਉਂਦੀ ਆਊਂਗੀ, ਵੀ ਚੱਕ ਤੁਰੇਗਾ ਕਨੇੜੇ ਜਦੋਂ ਧੀ ਜੱਟੀ ਦੀ, ਵੀ ਬੰਦੇ ਨੇ ਕੁੜੀ ਚੱਕੀ ਹੋਈ ਆ ਗੋਦੀ, ਉਹ ਅੱਗੇ ਤੁਰਿਆ ਜਾ ਰਿਹਾ, ਹੈ ਨਾ, ਅਤੇ ਉਹ ਪਿੱਛੇ ਮੁੰਡਾ ਚੱਕੀ ਜਾ ਰਹੀ ਆ, ਉੱਦਾਂ ਸੀ। ਬਈ ਜਿਸ ਤਰ੍ਹਾਂ ਤੁਹਾਡਾ ਸੁਭਾਅ, ਤੁਹਾਡੀ ਕਲਮ ਬੜੀ ਡੂੰਘੀ ਲੱਗਦੀ ਹੈ, ਜਦੋਂ ਤੁਸੀਂ ਸ਼ੁਰੂਆਤ ਕੀਤੀ ਤੁਸੀਂ ਚੰਨ ਦੀ ਗੱਲ ਕੀਤੀ, ਜੋ ਦੱਸਿਆ ਕਿ ਮੈਂ ਕਿਤਾਬਾਂ ਪੜ੍ਹਨ ਨਾਲੋਂ ਮਹਿਸੂਸ ਕਰਨਾ ਜ਼ਿਆਦਾ ਜ਼ਰੂਰੀ ਹੁੰਦਾ, ਪਰ ਜਦੋਂ ਤੁਹਾਡੇ ਗਾਣਿਆਂ ਵੱਲ ਨਜ਼ਰ ਮਾਰਦੇ ਹਾਂ, ਉਹਨਾਂ ਦੇ ਟਾਈਟਲ ਵੇਖਦੇ ਹਾਂ, ਕਤਲ ਮਾਫ਼, ਪਰਚੇ ਅਤੇ ਚਰਚੇ, ਅਤੇ ਇੱਦਾਂ ਦੇ ਖੜਕੇ ਦੜਕੇ ਵਾਲੇ ਗੀਤਾਂ ਨੂੰ ਸੋਚਦੇ ਹਾਂ, ਫਿਰ ਪਤਾ ਲੱਗਦਾ ਕਿ ਸਿੰਮਾ ਝਨੇੜੀ ਦੀ ਕਲਮ ਇੱਦਾਂ ਕਿਵੇਂ ਲਿਖ ਜਾਂਦੀ ਆ। ਖਿਆਲ ਹੈ ਬਈ, ਹੈ ਨਾ, ਇੱਕ ਅਸਲ ਆ,
ਉਹਨੂੰ ਤੁਸੀਂ ਇੱਕ ਉਹ 'ਤੇ ਕਿਸ ਤਰ੍ਹਾਂ ਦਾ ਵੀ ਟੌਪਿਕ ਹੈ ਹੈ ਨਾ, ਇੱਕ ਉਹ 'ਤੇ ਕਿਸ ਤਰ੍ਹਾਂ ਦਾ ਵੀ ਲਿਖ ਸਕਦੇ ਹੋ, ਚੰਗਾ ਵੀ ਲਿਖ ਸਕਦੇ ਹੋ, ਮਾੜਾ ਵੀ ਲਿਖ ਸਕਦੇ ਹੋ, ਆਪਣੀ ਆਪਣੀ ਸੋਚ ਹੈ, ਜਿਹਦਾ ਜਿੱਦਾਂ ਦਾ ਨਜ਼ਰੀਆ ਉੱਦਾਂ ਦਾ ਦੇਖੂਗਾ, ਉੱਦਾਂ ਦਾ ਲਿਖੂਗਾ। ਅਸਲ 'ਚ ਕਤਲ ਮਾਫ ਗੀਤ ਕੋਈ ਚੱਕਵਾਂ ਜਾਂ ਉੱਦਾਂ ਦਾ ਗੀਤ ਨਹੀਂ ਹੈਗਾ। ਉਹਦੇ ਵਿੱਚ ਵਿਚਾਰ ਦੇਖੋ, ਕਹਿੰਦਾ ਕੋਈ ਸ਼ਿਕਾਰ ਟੋਲਦੀ ਨਹੀਂ, ਫਿਰ ਵਿਸ਼ ਜੀ ਘੋਲਦੀ ਨਹੀਂ, ਤੇਰੀ ਅੱਖ 'ਚ ਨਾਗਣੇ ਨਹੀਂ ਸੁਣਿਆ, ਕੈਦ ਹੈ ਮੇਰਾ ਚਿਹਰਾ, ਜਦੋਂ ਮਰਜ਼ੀ ਡੰਗ ਲੈ ਨਹੀਂ, ਤੈਨੂੰ ਕਤਲ ਮਾਫ ਹੈ ਮੇਰਾ। ਕਹਿੰਦਾ ਤੇਰੇ ਵਾਂਗ ਹਸੀਨ ਜਿਹੀ ਮੇਰੇ ਕਤਲ ਦੀ ਹੋਊ ਕਹਾਣੀ, ਜਿਉਂ ਜੱਟਾਂ 'ਚੋਂ ਸ਼ਿਵਜੀ ਦੇ ਵਗਦਾ ਹੈ ਗੰਗਾ ਦਾ ਪਾਣੀ, ਕਿਸੇ ਪਿੰਡ ਪਹਾੜੀ ਦਾ ਜਿਉਂ ਵੇਖਣ ਯੋਗ ਸਵੇਰਾ, ਜਦੋਂ ਮਰਜ਼ੀ ਡੰਗ ਲੈ ਨਹੀਂ, ਤੈਨੂੰ ਕਤਲ ਮਾਫ ਹੈ ਮੇਰਾ। ਉਹ ਵਾਲਾ ਨਹੀਂ ਹੈਗਾ ਇਹ ਵੀ ਮੈਂ ਜੀ ਮੇਰੇ ਲਵੇ ਗੰਨ ਹੈ ਫਲਾਣੀ, ਮੈਂ ਬੰਦਾ ਮਾਰ ਦੂੰ, ਉਹ ਕਰ ਦੂੰ, ਆਪਣੇ ਆਪ ਨੂੰ ਕਿਸੇ ਨੂੰ ਸਮਰਪਿਤ ਕਰ ਰਿਹਾ। ਕਹਿੰਦਾ ਕੋਈ ਚੱਕਰ ਨਹੀਂ, ਜੇ ਤੂੰ ਮਾਰ ਵੀ ਦੇਂਗੀ ਕੋਈ ਚੱਕਰ ਨਹੀਂ, ਤੈਨੂੰ ਮਾਫ ਆ, ਉੱਦਾਂ ਉਹ ਖਿਆਲ ਆ ਉਹਦੇ ਵਿੱਚ। ਬਈ ਜਿਹੜੇ ਤੁਹਾਡੇ ਗਾਣੇ ਆ ਤੁਸੀਂ ਜਿਸ ਤਰ੍ਹਾਂ ਹੁਣ ਇਹ ਲੈ ਕੇ ਆ ਰਹੇ ਹੋ ਨਵੇਂ ਨਵੇਂ ਰੰਗ, ਹੈ ਨਾ, ਤੁਹਾਡੇ ਇਹ ਕਲਮ ਜਿਹੜੀ ਦਿਨ ਬ ਦਿਨ ਲਿਖਦੀ ਜਾ ਰਹੀ ਹੈ, ਅਤੇ ਕੋਈ ਖਾਸ ਚੁਆਇਸ ਹੁੰਦੀ ਹੈ ਤੁਹਾਡੀ ਵੀ ਫਲਾਣੇ ਗਾਇਕ ਤੋਂ ਹੀ ਗਵਾਵਾਂਗੇ ਤਾਂ ਗੱਲ ਬਣਨੀ ਆ, ਜਾਂ ਤੁਹਾਨੂੰ ਆਪਣੀ ਕਲਮ 'ਤੇ ਵੈਸੇ ਹੀ ਮਾਣ ਆ ਕਿ ਮੇਰੇ ਸ਼ਬਦਾਂ ਨੇ ਕੋਈ ਜੋ ਵੀ ਗਾ ਦਿਓ ਚੱਲ ਹੀ ਜਾਣਾ? ਨਹੀਂ ਨਹੀਂ ਵੀਰੇ, ਮਾਣ ਵਾਲੀ ਤਾਂ ਕੋਈ ਗੱਲ ਨਹੀਂ। ਚਲੋ ਪਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਵੀ ਆਪਾਂ ਜੋ ਲਿਖਦੇ ਹਾਂ ਹੈ ਨਾ, ਇਹ ਸੋਚਦੇ ਵੀ ਚਲੋ ਚੰਗਾ ਲਿਖੀਏ ਅਤੇ ਪਸੰਦ ਆਵੇ ਸਾਰਿਆਂ ਨੂੰ, ਕੋਸ਼ਿਸ਼ ਕਰੀਦੀ ਹੈ। ਜੋ ਮਾਣ ਕਰ ਗਿਆ ਉਹਦਾ ਫਿਰ ਮਰਿਆ ਹੀ ਲਓ ਹੈ ਨਾ, ਮਾਣ ਨੇ ਤਾਂ ਵੱਡੇ ਵੱਡੇ ਸਿੱਟ ਲਏ, ਹੰਕਾਰ ਤਾਂ ਅੰਤ ਹੈ ਬੰਦੇ ਦਾ। ਕੋਸ਼ਿਸ਼ ਕਰੀ ਜਾਂਦੇ ਹਾਂ ਬਈ, ਸਿੱਖੀ ਜਾਂਦੇ ਹਾਂ ਨਵਾਂ ਨਵਾਂ ਨਵਾਂ। ਬਾਕੀ ਗੀਤ ਵੀਰੇ ਮੈਨੂੰ ਇਹ ਹੁੰਦਾ ਵੀ ਮੇਰਾ ਗੀਤ ਵਧੀਆ ਗਾਇਆ ਜਾਵੇ, ਇਨਸਾਫ ਹੋਵੇ ਉਹਦੇ ਨਾਲ। ਆਪਾਂ ਨੂੰ ਇਸ ਗੱਲ ਦਾ ਕੋਈ ਚੱਕਰ ਨਹੀਂ ਹੈਗਾ ਵੀ ਨਾਮੀ ਬੰਦਾ ਗਾ ਰਿਹਾ ਜਾਂ ਨਵਾਂ ਗਾ ਰਿਹਾ ਹੈ ਨਾ। ਜਦੋਂ ਮੈਂ ਅਤੇ ਗਰਿਆਜ ਬਾਈ ਜੁੜੇ ਸੀ, ਅਸੀਂ ਦੋ ਹੀ ਨਵੇਂ ਸੀ, ਪਰ ਸਾਨੂੰ ਇਹ ਸੀ ਬਾਈ ਸੋਹਣਾ ਗਾਉਂਦਾ ਸੀ ਹੈ ਨਾ, ਅਤੇ ਵੀ ਕੁਛ ਵਧੀਆ ਕਰਾਂਗੇ, ਚੱਲੇ ਨਾ ਚੱਲੇ ਵੱਖਰੀ ਗੱਲ ਆ, ਵੀ ਕੋਈ ਕੰਮ ਵਧੀਆ ਕਰਾਂਗੇ। ਉਸ ਚੀਜ਼ ਕਰਕੇ ਚਲੋ ਬਾਬੇ ਦੀ ਮਿਹਰ ਹੋਈ, ਪਰਮਾਤਮਾ ਦੀ, ਸਭ ਕੁਛ ਸਹੀ ਚੱਲੀ ਜਾਂਦਾ। ਨਵੇਂ ਵੀ ਬਾਈ ਨਾਲ ਵੀ ਗਰਿਆਜ ਨਾਲ ਆ ਰਿਹਾ ਗੀਤ, ਹੋਰ ਵੀ ਸਿੰਗਰਾਂ ਨਾਲ ਆ ਰਿਹਾ, ਇੱਕ ਦੋ ਵਿੱਚ ਚੱਕਵੇਂ ਵੀ ਆ, ਪਰ ਉਹ ਵਿੱਚੋਂ ਹੁੱਕ ਲੈਣ ਉਹਨਾਂ ਦੀ ਚੱਕਵੀਂ ਹੋਊ ਮੇਨ। ਮੈਂ ਉਹੀ ਪਹਿਲਾਂ ਵੀ ਇਹੀ ਗੱਲ ਨੋਟ ਕੀਤੀ, ਹੁੱਕ ਲੈਣ ਜਿਹੜੀ ਤੁਹਾਡੀ ਉਹ ਥੋੜ੍ਹੀ ਖਤਰਨਾਕ ਜੀ ਹੁੰਦੀ ਹੈ ਨਾ, ਜਿਹਨੂੰ ਚੱਕਵਾਂ ਤੁਸੀਂ ਕਹਿ ਰਹੇ ਹੋ, ਪਰ ਅੰਦਰ ਤੁਹਾਡਾ ਮੈਸੇਜ ਬੇਸ਼ੱਕ ਜ਼ਰੂਰ ਛੁਪਿਆ। ਹਾਂ ਹਾਂ ਹਾਂ, ਉਹ ਚੀਜ਼ ਦਾ ਮੈਂ ਖਿਆਲ ਰੱਖਦਾ, ਵੈਸੇ ਮੇਰੀ ਆਦਤ ਹੈ। ਕਈ ਵਾਰ ਕਈ ਸਿੰਗਰ ਕਹਿ ਵੀ ਦਿੰਦੇ ਆ ਵੀਰੇ ਆਹ ਚੇਂਜ ਕਰ ਦਿਉ, ਆਹ ਕਰ ਦਿਉ, ਫਿਰ ਅੱਜ ਕੱਲ੍ਹ ਵੀਰੇ ਥੋੜ੍ਹਾ ਜਿਹਾ ਦੌਰ ਦੇ ਨਾਲ ਚੱਲਣ ਲਈ ਕੁਛ ਚੀਜ਼ਾਂ ਬਦਲਣੀਆਂ ਵੀ ਪੈਂਦੀਆਂ, ਪਰ ਫਿਰ ਵੀ ਮੈਂ ਖਿਆਲ ਰੱਖਦਾ ਵੀ ਕਿਸੇ ਹੱਦ ਤੱਕ ਇਹ ਲੱਗੇ ਵੀ ਹਾਂ ਸਿੰਮੇ ਦਾ ਗੀਤ। ਤੁਹਾਡੇ ਲਿਖੇ ਗਾਣਿਆਂ ਨੂੰ ਲੈ ਕੇ ਕਦੇ ਤੁਹਾਨੂੰ ਲੱਗਿਆ ਹੋਵੇ ਵੀ ਕਿਸੇ ਨੇ ਕਿਹਾ ਵੀ ਯਾਰ ਤੁਸੀਂ ਆਹ ਨੈਗੇਟਿਵ ਚੀਜ਼ਾਂ ਕੀਤੀਆਂ ਜਾਂ ਤੁਸੀਂ ਆਹ ਗਲਤ ਲਿਖਿਆ, ਇੱਦਾਂ ਨਹੀਂ ਸੀ ਲਿਖਣਾ ਚਾਹੀਦਾ, ਕਦੇ ਦਰਸ਼ਕਾਂ 'ਚੋਂ ਲੋਕਾਂ 'ਚੋਂ ਕਦੇ ਮੰਗ ਆਈ ਹੋਵੇ? ਜਿਹੜੇ ਮੈਂ ਗੀਤ ਲਿਖੇ ਆ ਉਹਨਾਂ ਦੇ ਅਸਲ 'ਚ ਮੈਨੂੰ ਕਿਸੇ ਨੇ ਨਹੀਂ ਕਦੇ ਪੁੱਛਿਆ, ਸਿੰਗਰਾਂ ਨੂੰ ਪੁੱਛਦੇ ਅੱਜ ਕੱਲ੍ਹ, ਕਿਉਂਕਿ ਲੋਕਾਂ ਦੇ ਮਨ 'ਚ ਇਹ ਆ ਜਦੋਂ ਕਿਸੇ ਦਾ ਗੀਤ ਆਉਂਦਾ, ਗੀਤ ਸੁਣ ਕੇ ਕਹਿਣਗੇ ਵੀ ਹਾਂ ਫਲਾਣੇ ਦਾ ਗੀਤ ਹੈ। ਗਾਇਕ ਦੇ ਨਾਲ ਜੁੜ ਜਾ, ਸਿੰਗਰ ਦਾ ਗੀਤ ਕਦੇ ਨਹੀਂ ਹੁੰਦਾ, ਗਾਇਕ ਦਾ ਕਦੇ ਗੀਤ ਨਹੀਂ ਹੁੰਦਾ, ਗਾਇਕ ਨਾਲ ਜੁੜ ਜਾਂਦਾ, ਗੀਤ ਹੁੰਦਾ ਗੀਤਕਾਰ ਦਾ ਜਿਹੜਾ ਉਹਨੂੰ ਲਿਖਦਾ। ਜੀ ਜੀ, ਪਰ ਜੇ ਚੜ੍ਹਾਈ ਹੁੰਦੀ ਆ ਉਹ ਗਾਇਕ ਦੀ ਹੁੰਦੀ ਆ, ਉਹਦੀ ਆ, ਸਿੰਗਰ ਦੀ ਆ, ਅਤੇ ਗੀਤ ਉਹਦੇ ਨਾਂ ਨਾਲ ਜੁੜਿਆ ਹੁੰਦਾ ਜਦਕਿ ਗੀਤਕਾਰ ਦੇ ਨਾਂ ਨਾਲ ਘੱਟ ਜੁੜਿਆ ਹੁੰਦਾ। ਇਹੀ ਚੀਜ਼ ਹੈ, ਮੈਨੂੰ ਜਦ ਭਰੂਣ ਹੱਤਿਆ ਗੀਤ ਕੀਤਾ ਸੀ ਉਦੋਂ ਵੀ ਕਈ ਨੇ ਕੀਤਾ ਸੀ, ਕਹਿੰਦੇ ਕਿੱਦਾਂ ਦਾ ਗੀਤ ਆ ਇਹ, ਮੈਂ ਸੋਚਿਆ ਮਖਾਂ ਯਾਰ ਇੱਦਾਂ ਦਾ ਚੰਗਾ ਗੀਤ ਕੀਤਾ ਸੀ। ਇਹਨੂੰ ਵੀ ਵਿੱਚ ਕੁਛ ਲੋਕ 10% ਲੋਕ ਹੁੰਦੀ ਆ ਜਿਹੜੇ ਹਰੇਕ ਚੀਜ਼ 'ਤੇ ਕਿੰਤੂ ਪਰੰਤੂ ਜਾਂ ਕੁਛ ਨਾ ਕੁਛ ਕਰਦੇ ਆ ਹੈ ਨਾ, ਕਰਨਾ ਵੀ ਚਾਹੀਦਾ, ਚਲੋ ਪੰਜ ਚਾਰ ਦੁਸ਼ਮਣ ਹੋਣੇ ਵੀ ਚਾਹੀਦੇ, ਉਹ ਜਿੱਦਾਂ ਸਿਕੰਦਰ ਫਿਲਮ 'ਚ ਆ ਕਹਿੰਦਾ ਬੰਦਾ ਆਕਾਸ਼ 'ਚ ਰਹਿੰਦਾ ਹੈ ਨਾ, ਬੰਦੇ ਨੂੰ ਵੀ ਇਹ ਹੁੰਦਾ, ਸੋਚਦਾ ਬੰਦਾ ਰਹਿੰਦੇ ਆਲੋਚਕ, ਜੀ ਜੀ ਕਰਦੇ ਰਹੀਏ ਉਹ ਕਰਦੇ ਰਹੀਏ।
ਦੋਸਤੋ ਕੁਝ ਇਨਸਾਨ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਵੇਖਣ ਵੇਲੇ ਕੁਝ ਹੋਰ ਮਹਿਸੂਸ ਹੁੰਦੇ ਨੇ ਪਰ ਜਦੋਂ ਮਿਲਦੇ ਆ ਕੁਝ ਹੋਰ ਹੁੰਦਾ। ਅੱਜ ਬਾਈ ਸਿੰਮੇ ਝਨੇੜੀ ਦੇ ਨਾਲ ਬੈਠੇ ਹਾਂ, ਗੱਲਾਂ ਕਰਦਿਆਂ ਨੂੰ ਬੜੀਆਂ ਗੱਲਾਂ ਅੱਗੇ ਦੀ ਅੱਗੇ ਜਾਈ ਜਾ ਰਹੇ ਹਾਂ ਅਤੇ ਬਾਈ ਦੇ ਨਾਲ ਹੋਰ ਅਗਲੀਆਂ ਗੱਲਾਂ ਬਾਤਾਂ ਦੇ ਵਿੱਚ ਆਪਾਂ ਪੁੱਛਦੇ ਹਾਂ ਬਾਈ ਤੋਂ। ਬਾਈ ਤੁਸੀਂ ਜਿਹੜਾ ਪਿੱਛੇ ਜੇ ਗਾਉਣਾ ਸ਼ੁਰੂ ਕੀਤਾ ਜੀ ਪਹਿਲਾਂ ਹਾਂਜੀ ਹਾਂਜੀ, ਅਤੇ ਪਰ ਭਰੂਣ ਹੱਤਿਆ 'ਤੇ ਜਿਹੜਾ ਉਹ ਤੁਹਾਡਾ ਮੈਸੇਜ ਸੁਨੇਹਾ ਬੜਾ ਮਕਬੂਲ ਸੀ, ਹੈ ਨਾ, ਬੜਾ ਸਰਾਹਿਆ ਗਿਆ ਉਸਨੂੰ, ਹੁਣੇ ਆਪਾਂ ਗੱਲ ਕਰਦੇ ਹਟੇ ਹਾਂ, ਪਰ ਉਸ ਤੋਂ ਬਾਅਦ ਤੁਸੀਂ ਇੰਨਾ ਵਧੀਆ ਮੈਸੇਜ ਦੇਣ ਤੋਂ ਬਾਅਦ ਗਾ ਕੇ ਵੀ ਫਿਰ ਸਿਰਫ ਗੀਤਕਾਰੀ ਵੱਲ ਹੀ ਕਿਉਂ ਆ ਗਈ? ਅਸਲ 'ਚ ਮੇਰਾ ਵੀਰੇ ਪਹਿਲਾ ਕੰਮ ਆ ਗੀਤਕਾਰੀ, ਹੈ ਨਾ, ਜਿਹੜਾ ਮੈਂ ਵਧੀਆ ਤਰੀਕੇ ਨਾਲ ਕਰ ਸਕਦਾ। ਗਾ ਮੈਂ ਸਹੀ ਨਹੀਂ ਸਕਦਾ, ਹੈ ਨਾ, ਚਲੋ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਵੀ ਚੰਗਾ ਗਾ ਲਈਏ, ਪਰ ਉਹ ਕਹਿੰਦੇ ਹੁੰਦੇ ਜਿਵੇਂ ਆਮ ਪਿੰਡਾਂ 'ਚ ਕਹਿੰਦੇ ਵੀ ਸਰੋਂ 'ਚ ਝੋਟਾ, ਹੈ ਨਾ, ਉਹ ਕੰਮ ਆਪਣਾ ਵੀ ਮੇਰੇ ਦਿਲ ਕਰਦਾ ਸੀ ਮੇਰਾ, ਮੈਂ ਕਿਹਾ ਯਾਰ ਇਹ ਗੀਤ ਆਪੇ ਗਾਈਏ ਭਰੂਣ ਹੱਤਿਆ ਵਾਲਾ, ਹੈ ਨਾ, ਤਾਂ ਕਰਕੇ ਮੈਂ ਕਿਹਾ ਚਲੋ ਇਹ ਜੇ ਮਾੜਾ ਵੀ ਗਾ ਤਾਂ ਕੋਈ ਚੱਕਰ ਨਹੀਂ, ਚੰਗੀ ਗੱਲ ਹੈ, ਸੰਦੇਸ਼ ਹੈ, ਵਧੀਆ ਗੀਤ ਆ, ਲੋਕ ਤਾਂ ਵੀ ਮੇਰੀਆਂ ਘਾਟਾਂ ਦੂਰ ਪਿੱਛੇ ਰੱਖ ਕੇ ਮੇਰੀਆਂ ਘਾਟਾਂ ਨੂੰ ਜਿਹੜੀ ਉਹਦੇ ਵਿੱਚ ਗੱਲ ਆਖੀ ਗਈ ਆ ਉਹ 'ਤੇ ਧਿਆਨ ਦੇਣਗੇ, ਇਸ ਲਈ ਮੈਂ ਕੀਤਾ। ਨਹੀਂ ਮੇਰਾ ਮਨ ਸੀ ਵੀ ਸਿੱਖ ਕੇ ਕਰਾਂਗੇ ਸਾਰਾ ਕੁਛ, ਪਰ ਚਲੋ ਕਈ ਵਾਰ ਅੱਜ ਕੱਲ੍ਹ ਇੱਦਾਂ ਵੀ ਆਪਾਂ ਕਿਸੇ ਨੂੰ ਸੁਣਾ ਦਈਏ ਤੋੜ ਮਰੋੜ ਕੇ ਕੋਈ ਹੋਰ ਗੀਤ ਬਣਾ ਲੈਂਦਾ, ਕੁਛ ਉਹ 'ਚੋਂ ਕੱਢ ਲੈਂਦਾ। ਮੈਂ ਬਾਹਲਾ ਸੁਣਾ ਚੁੱਕਿਆ ਸੀ ਕਿਉਂਕਿ ਮੈਂ ਯੂਨੀਵਰਸਿਟੀ ਸਟੱਡੀ ਕੀਤੀ ਹੈ 2010 ਤੋਂ ਹੁਣ ਤੱਕ, ਮੈਂ ਉੱਥੇ ਹੀ ਹੁੰਦਾ, ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਉੱਥੇ ਜੀ ਲੱਗਦਾ ਮੇਰਾ, ਜਦੋਂ ਉਰੋਂ ਵਿਹਲਾ ਹੁੰਦਾ ਮੈਂ ਫਿਰ ਉੱਥੇ ਭੱਜ ਜਾਣਾ। ਯੂਨੀਵਰਸਿਟੀ ਨੇ ਬਹੁਤ, 7 ਸਾਲ ਹੋ ਗਏ ਉੱਥੇ, ਬਿਲਕੁਲ ਇਨਸਾਨ ਜਿਹੜੇ ਪੰਜਾਬੀ ਸਾਹਿਤ ਅਤੇ ਸੰਗੀਤ ਜਗਤ ਨੂੰ ਦਿੱਤੇ ਨੇ, ਬਹੁਤ ਕੁਛ ਸਿੱਖਣ ਨੂੰ ਮਿਲਿਆ ਬਾਈ ਉੱਥੋਂ, ਨਾ ਦੂਜਾ ਘਰ ਹੈ ਲਾ ਲਓ। ਅਤੇ ਮੈਂ ਸੋਚਦਾ ਹੁੰਦਾ ਸੀ ਮੈਂ ਕਿਹਾ ਯਾਰ ਆਪ ਕਰਦੇ ਹਾਂ ਗੀਤ, ਅਤੇ ਆਪ ਕੀਤਾ, ਚਲੋ ਉਹਦੇ ਵਿੱਚ ਮੇਰੀਆਂ ਬਹੁਤ ਘਾਟਾਂ ਸੀ, ਹੈ ਨਾ, ਪਰ ਫਿਰ ਵੀ ਸਾਡਾ ਜਿਹੜਾ ਕੰਸੈਪਟ ਦੀ ਵੀਡੀਓ ਦੇਖਿਓ ਤੁਸੀਂ, ਉਹਦੀ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗੂ ਵੀ ਕਿਸ ਮੁੱਦੇ 'ਤੇ ਕਿਸ ਤਰੀਕੇ ਨਾਲ ਕੰਮ ਕੀਤਾ ਗਿਆ ਸੀ, ਅਤੇ ਵਧੀਆ ਰਿਹਾ ਉਹ ਸਾਰਾ ਕੁਛ। ਪਰ ਫਿਰ ਵੀ ਮੈਂ ਸੋਚਿਆ ਮੈਂ ਕਿਹਾ ਚਲੋ ਜੇ ਗਾਉਣਾ ਤਾਂ ਸਿੱਖ ਕੇ ਆਵਾਂਗੇ, ਕੋਸ਼ਿਸ਼ ਕਰ ਰਹੇ ਹਾਂ, ਜੇ ਚੰਗਾ ਅੱਗੇ ਲੱਗਿਆ ਵੀ ਹਾਂ ਗਾ ਸਕਦੇ ਹਾਂ ਤਾਂ ਗਾਵਾਂਗੇ ਜ਼ਰੂਰ। ਦੋਸਤੋ ਸਿੰਮੇ ਝਨੇੜੀ ਦੇ ਵਿੱਚ ਇੱਕ ਗੱਲ ਵੇਖੀ ਕਿ ਇਹ ਬਾਈ ਜਿਹੜਾ ਪੁਰਾਣੀਆਂ ਗੱਲਾਂ ਪੰਜਾਬ ਦੀਆਂ ਅਤੇ ਪੰਜਾਬੀ ਵਿਰਸੇ ਦੀਆਂ ਡੂੰਘੀਆਂ ਡੂੰਘੀਆਂ ਗੱਲਾਂ ਜਿਹੜੀਆਂ ਬਹੁਤ ਸਮੇਂ ਬਾਅਦ ਅੱਜ ਸੁਣਨ ਨੂੰ ਮਿਲੀਆਂ, ਉਹ ਤੁਹਾਨੂੰ ਵੀ ਇਹ ਚੀਜ਼ਾਂ ਬਹੁਤ ਵਧੀਆ ਲੱਗਣਗੀਆਂ। ਅਤੇ ਜਿਸ ਤਰ੍ਹਾਂ ਆਪਾਂ ਅਕਸਰ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਹਾਂ ਕਿ ਟਾਹਲੀ ਦੀ ਲੱਕੜ ਹੈ ਜਿਹੜੀ ਉਹ ਬੜੀ ਮਜ਼ਬੂਤ ਹੁੰਦੀ ਹੈ, ਅਤੇ ਟਾਹਲੀ ਦੀ ਲੱਕੜ ਦਾ ਜਿਹੜਾ ਆਪਾਂ ਵੇਖਦੇ ਹਾਂ ਕਿ ਉਹਨੂੰ ਪਹਿਲਾਂ ਪਾਣੀ ਦੇ ਵਿੱਚ ਡੁਬੋ ਕੇ ਰੱਖਣਾ ਪੈਂਦਾ, ਉਸ ਤੋਂ ਬਾਅਦ ਜਾ ਕੇ ਕਿਤੇ ਉਹ ਚਗਾਠਾਂ ਦੇ ਕੰਮ ਆਉਂਦੀ ਹੈ, ਪਰ ਬਾਈ ਨੇ ਜੱਟੀ ਨੂੰ ਟਾਹਲੀ ਦੀ ਚਗਾਠਣਾ ਜਿਹੜਾ ਉਹਦਾ ਕੰਪੈਰੀਜ਼ਨ ਕੀਤਾ, ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ। ਬਾਈ ਉਹ ਗਾਣੇ ਦਾ ਥੋੜ੍ਹਾ ਜਿਹਾ ਦੱਸੋ, ਜੱਟੀ ਸੀਗੀ ਟਾਹਲੀ ਦੀ ਚਗਾਠ ਵਰਗੀ, ਕਿਵੇਂ ਹੋਂਦ ਵਿੱਚ ਆਇਆ ਅਤੇ ਕਿਵੇਂ ਇਹ ਕੰਸੈਪਟ? ਉਹ ਆਪਣੇ ਘਰਾਂ 'ਚ ਹੀ ਦੇਖੋ, ਘਰਾਂ 'ਚ ਗੀਤ ਪਏ ਹੁੰਦੇ ਆ ਨਾ, ਗੱਲਾਂ ਬਾਤਾਂ 'ਚ ਗੀਤ ਹੁੰਦੇ ਆ, ਦੋਸਤਾਂ ਮਿੱਤਰਾਂ ਨਾਲ ਘੁੰਮਦਾ ਫਿਰਦਾ ਅਗਲਾ, ਹਰ ਪਾਸੇ ਗੀਤ ਪਏ ਆ। ਉਹ ਬੰਦੇ ਦਾ ਨਜ਼ਰੀਆ ਵੀ ਉਹਨੇ ਕਿਸ ਚੀਜ਼ 'ਚੋਂ ਕੱਢਣਾ ਗੀਤ, ਹੈ ਨਾ, ਕੋਈ ਕਿਸ ਚੀਜ਼ 'ਤੇ ਲਿਖੀ ਜਾਂਦਾ, ਕੋਈ ਕਿਸ ਚੀਜ਼ 'ਤੇ ਲਿਖੀ ਜਾਂਦਾ। ਮੈਂ ਇੱਕ ਉਹ ਆਪਣੇ ਘਰ 'ਚੋਂ ਨਿਕਲਿਆ, ਮੇਰਾ ਭਰਾ ਦੀਪੀ, ਹੈ ਨਾ, ਉਹ ਕੀ ਕਰਦਾ ਸ਼ਰਾਬ ਸ਼ਰੂਬ ਪੀ ਲੈਂਦਾ, ਵਿਆਹ ਵਿਊਹ 'ਚ ਕਿਤੇ ਜਾਂਦਾ ਜਾ, ਅਤੇ ਉਹ ਫਿਰ ਭਰਜਾਈਆਂ ਤੁਹਾਨੂੰ ਪਤਾ ਨਾ, ਭਰਜਾਈ ਦਾ ਸੁਭਾਅ ਥੋੜ੍ਹਾ ਜਿਹਾ ਕੱਬਾ, ਉਹ ਕਹਿ ਦਿੰਦੀ ਹੈ ਵੇ ਤੂੰ ਰੋਜ਼ ਡੱਕ ਕੇ ਆ ਜਾਣਾ, ਐਂ ਕਰ ਲੈਣਾ, ਵਾਹ ਕਰ ਲੈਣਾ, ਹੈ ਨਾ। ਉਸ ਚੀਜ਼ 'ਚੋਂ ਮੈਂ ਸੋਚਿਆ, ਮੈਂ ਕਿਹਾ ਸੋਚਦੀ ਕੀ ਸੋਚਦੀ ਹੋਊਗੀ ਉਹ, ਹੈ ਨਾ। ਫਿਰ ਉਹ ਤੋਂ ਲਿਖਿਆ ਸੀ ਵੀ ਯਾਰੀ ਤਰੀਕ ਆ ਗਈ ਸਿਉਂਕ ਵਾਂਗਰਾਂ, ਜੱਟੀ ਸੀ ਬੇਟਾ ਲੀ ਦੀ ਚਗਾਠ ਵਰਗੀ। ਇਹਦੇ ਨਾਲ ਹੀ ਮਿਲਦਾ ਜੁਲਦਾ ਬਾਈ ਤੁਹਾਡਾ ਗਾਣਾ ਜਿਹੜਾ ਜੱਟੀ 'ਤੇ, ਫਿਰ ਗੱਲ ਕੀਤੀ ਆ ਤੁਸੀਂ, ਨਸ਼ਾ ਬੰਨ ਉਹਨਾਂ ਨੇ ਗਾਇਆ ਅੜਬ ਜੱਟੀ, ਅਤੇ ਕਦੇ ਟਾਹਲੀ ਨਾਲ ਜੱਟੀ ਦਾ ਮੇਲ, ਕਦੇ ਜੱਟੀ ਦੇ ਅੜਬ ਸੁਭਾਅ ਦੀ ਗੱਲ, ਇਹ ਅੜਬ ਸੁਭਾਅ ਦੀ ਗੱਲ ਕਿਵੇਂ ਬਣੀ? ਇਹ ਅਸਲ 'ਚ ਇੱਕ ਲਾਈਨ ਮੇਰੇ ਹੋਰ ਸੀ ਦਿਮਾਗ 'ਚ, ਉਹ ਚੀਜ਼ ਕਰਕੇ ਮੈਨੂੰ ਇਹ ਗੀਤ ਲਿਖਣਾ ਪਿਆ। ਉਹ ਸੀ ਕਹਿੰਦੀ ਜੇ ਆਇਆ ਗਿਆ ਨੂੰ ਤੂੰ ਪਾਣੀ ਵੀ ਨਹੀਂ ਪੁੱਛਣਾ,
ਛੱਡ ਬੁੜੀਏ ਸਮਾਧਾਂ ਉੱਤੇ ਦੁੱਧ ਡੋਲਣਾ। ਵੀ ਕਈ ਵਾਰ ਘਰ ਆਉਂਦੇ ਆ, ਜਿਵੇਂ ਸੱਸਾਂ ਨੂੰਹਾਂ 'ਚੋਂ ਆਉਂਦੀ ਹੈ, ਕਹਿੰਦੀ ਵੀ ਮੇਰਾ ਵੀਰ ਆਇਆ ਸੀ ਤਾਂ ਇੱਥੋਂ 10 ਰੁਪਈਏ ਨਹੀਂ ਸਰੇ, ਉਹਨੂੰ ਪਾਣੀ ਦਾ ਗਲਾਸ ਨਹੀਂ ਸਰਿਆ। ਬੁੜੀਆਂ ਇਸ ਚੀਜ਼ ਪਿੱਛੇ ਬੁੜੀਆਂ ਲੜਦੀਆਂ ਰੋਜ਼ ਰੋਜ਼, ਹੈ ਨਾ, ਹੁੰਦਾ ਉਹਨਾਂ ਦਾ, ਅਤੇ ਉਹ ਚੀਜ਼ ਕਰਕੇ ਲਿਖਿਆ ਸੀ। ਹੁਣ ਇੱਕ ਨੂੰਹ ਕਹਿੰਦੀ ਆ ਵੀ ਮੇਰਾ ਭਰਾ ਆਇਆ ਸੀ ਤਾਂ ਪੁੱਛਿਆ ਨਹੀਂ, ਪਾਣੀ ਨਹੀਂ ਪੁੱਛਿਆ, ਚਾਹ ਨਹੀਂ ਪੁੱਛੀ ਉਹਨੂੰ, ਅਤੇ ਤੂੰ ਸਮਾਧਾਂ 'ਤੇ ਦੁੱਧ ਡੋਲਦੀ ਫਿਰਦੀ ਆ, ਵੀ ਉਹਦੇ ਗੁੱਸਾ, ਉਹਦੇ ਰੋਸ ਹੈ ਮਨ 'ਚ, ਉਸ ਚੀਜ਼ ਨੂੰ ਪੇਸ਼ ਕਰਨ ਲਈ ਫਿਰ ਮੈਂ ਉਹਦਾ ਹੁੱਕ ਲੈਣ ਬਾਅਦ 'ਚ ਲਿਖੀ ਸੀ। ਪਹਿਲਾਂ ਮੇਰੇ ਇਹੀ ਲਾਈਨ ਸੀ ਦਿਮਾਗ ਦੇ ਵਿੱਚ, ਜੇ ਆਇਆ ਗਿਆ ਨੂੰ ਤੂੰ ਪਾਣੀ ਵੀ ਨਹੀਂ ਪੁੱਛਣਾ, ਛੱਡ ਬੁੜੀਆ ਦਮਾਦਾਂ ਸਮਾਧਾਂ ਉੱਤੇ ਦੁੱਧ ਡੋਲਣਾ, ਇਹ ਸੀ ਲਾਈਨ। ਅੱਛਾ ਬਈ, ਹੁਣ ਤੱਕ ਤੁਹਾਡੇ ਕਿੰਨੇ ਕੁ ਗਾਣੇ ਜਿਹੜੇ ਰਿਕਾਰਡ ਹੋ ਚੁੱਕੇ ਆ ਅਤੇ ਕਿਹੜੇ ਕਿਹੜੇ ਗਾਇਕਾਂ ਨੇ ਕੀਤੇ ਟੋਟਲੀ, ਜੇ ਆਪਾਂ ਗੱਲ ਕਰੀਏ ਸਾਰੀ ਕੁੱਲ ਮਿਲਾ ਕੇ? ਟੋਟਲੀ ਵੀਰੇ, ਸਭ ਤੋਂ ਪਹਿਲਾਂ ਮੇਰਾ ਨਿਸ਼ਾਨ ਭੁੱਲਰ ਨੇ ਕੀਤਾ ਸੀ ਗੀਤ ਰਿਕਾਰਡ, ਬਾਈ ਨੇ, ਯਾਰਾਂ ਦਿਆਂ ਹੱਡਾਂ ਵਿੱਚ ਰਚ ਗਈ ਸ਼ਰਾਬ, ਤੇਰਿਆਂ ਹੱਡਾਂ 'ਚ ਪਰਫਿਊਮ ਗੋਰੀ, ਇਹ ਥੋੜ੍ਹਾ ਚੱਕਵਾਂ ਜਿਹਾ ਸੀ, ਹੈ ਨਾ, ਅਤੇ ਉਦੋਂ ਬਾਅਦ ਮੈਂ ਆਪ ਹੀ ਕੀਤਾ ਸੀ ਭਰੂਣ ਹੱਤਿਆ ਵਾਲਾ, ਅਤੇ ਫਿਰ ਬਾਈ ਗਰਿਆਏ ਨਾਲ ਰਲ ਕੇ ਇਹਨਾਂ ਨਾਲ ਬੈਲੀਆਂ ਦਾ ਲਾਣਾ, ਮੁੰਡਾ ਜੱਟ ਦਾ, ਧੀ ਜੱਟੀ ਦੀ, ਕਤਲ ਮਾਫ, ਰਾਜ਼ੀਨਾਮਾ, ਅਤੇ ਕੀਤੇ ਆ, ਯਾਰੀ ਤੇਰੀ ਵਾਲਾ ਹੋ ਗਿਆ। ਉਦੋਂ ਬਾਅਦ ਹੁਣ ਆਪਣੇ ਨਿਸ਼ਾ ਬਾਨੂ ਜੀ ਨੇ ਕੀਤਾ ਸੀ ਆਪਣਾ ਅੜਬ ਜੱਟੀ ਦੇ ਪਰਚੇ 'ਤੇ ਚਰਚੇ। ਬਿਲਕੁਲ ਜੀ। ਸੋ ਵੀਰੇ, ਤੁਸੀਂ newsnumber.com ਨਾਲ ਅੱਜ ਸਾਡੇ ਨਾਲ ਗੱਲਬਾਤ ਕੀਤੀ, ਦਰਸ਼ਕਾਂ ਦੇ ਤੁਸੀਂ ਰੂਬਰੂ ਹੋਏ, ਉਮੀਦ ਹੈ ਦਰਸ਼ਕਾਂ ਨੂੰ ਵੀ ਤੁਹਾਡੀ ਜਿਹੜੀ ਕਲਮ ਬੇਸ਼ੱਕ ਸਭ ਨੇ ਸੁਣੀ ਹੈ, ਅੱਜ ਤੁਹਾਡੇ ਨਾਲ ਰੂਬਰੂ ਹੋ ਕੇ ਤੁਹਾਨੂੰ ਵੇਖ ਕੇ, ਹੈ ਨਾ, ਅਤੇ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਦਰਸ਼ਕਾਂ ਨੂੰ ਬਹੁਤ ਵਧੀਆ ਲੱਗਿਆ ਹੋਏਗਾ, ਅਤੇ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਆਪਣੇ ਜਿਹੜੇ ਕਲਮ ਦੇ ਨਾਲ ਉਹ ਪੰਜਾਬੀ ਸੰਗੀਤ ਇੰਡਸਟਰੀ ਦੇ ਵਿੱਚ ਡਟੇ ਰਹੋ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ। ਧੰਨਵਾਦ ਵੀਰੇ, ਪਰਮਾਤਮਾ ਮਿਹਰ ਕਰੇ, ਹੈ ਨਾ, ਸਾਰੇ ਵੀਰਾਂ ਨੂੰ, ਸਭ ਨੂੰ ਚੜ੍ਹਦੀ ਕਲਾ 'ਚ ਰੱਖੇ, ਅਤੇ newsnumber.com ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਸਾਹਮਣੇ ਲੈ ਕੇ ਆਏ। ਅਤੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਮੈਂ ਕਵਿਤਾਵਾਂ ਲਿਖਦਾ ਸ਼ੁਰੂ ਦੇ ਵਿੱਚ, ਮੈਂ ਇੱਕ ਕਵਿਤਾ ਸੁਣਾਉਣਾ ਚਾਹੁੰਦਾ, ਕਿਉਂਕਿ ਉਸ ਚੀਜ਼ ਨਾਲ ਖਤਮ ਕਰਨਾ ਚਾਹੁੰਦਾ ਮੈਂ ਉਹ ਚੀਜ਼ ਜਿੱਥੋਂ ਸ਼ੁਰੂ ਹੋਈ ਆ ਗੀਤਕਾਰੀ, ਉਦੋਂ ਬਾਅਦ 'ਚ ਆਈ ਆ, ਚਲੋ ਹੁਣ ਸਿੰਗਿੰਗ ਕਰਨੀ ਪੈਰ ਪੱਟਣ ਲੱਗ ਗਏ, ਉਹ ਚੀਜ਼ ਦਾ ਵੀ ਉਹ ਹੈ। ਉਹ ਸੀ ਕਵਿਤਾ, ਕਹਿੰਦਾ ਉਹ ਵਿਕਿਆ ਨਾ ਅਖਬਾਰਾਂ ਲਈ ਬਾਜ਼ਾਰਾਂ ਲਈ ਸਰਕਾਰਾਂ ਲਈ, ਉਹ ਵਿਕਿਆ ਨਾ ਅਖਬਾਰਾਂ ਲਈ ਬਾਜ਼ਾਰਾਂ ਲਈ ਸਰਕਾਰਾਂ ਲਈ, ਤਾਂ ਹੀ ਤਾਂ ਆਪਣੇ ਬੂਹੇ 'ਤੇ ਉਹਨੂੰ ਲਿਖਣਾ ਪੈ ਗਿਆ ਇਹ ਮਕਾਨ ਵਿਕਾਊ ਹੈ। ਕਾਫੀ ਟਾਈਮ ਪਹਿਲਾਂ ਮੇਰੀ ਯੂਟਿਊਬ 'ਤੇ ਪਾਈ ਹੋਈ ਸੀ ਇਹ, ਅਤੇ ਮੈਨੂੰ ਲੱਗਦਾ ਬਾਅਦ 'ਚ ਇੱਦਾਂ ਦਾ ਕੋਈ ਗੀਤ ਵੀ ਆਇਆ ਸੀ, ਮੈਂ ਸੁਣਿਆ ਸੀ ਬਾਅਦ 'ਚ, ਅਤੇ ਇਹਦੇ ਨਾਲ ਮਿਲਦਾ ਜੁਲਦਾ, ਪਰ ਮੈਨੂੰ ਉਹ ਵੀ ਚੰਗਾ ਲੱਗਿਆ ਕਿਉਂਕਿ ਕਿਸੇ ਚੰਗੀ ਚੀਜ਼ ਨੂੰ ਕੋਈ ਪ੍ਰਮੋਟ ਕਰ ਰਿਹਾ, ਹੈ ਨਾ, ਚਾਹੇ ਕਿਸੇ ਵਿਚਾਰ 'ਚੋਂ ਕਿਸੇ ਨੇ ਵਿਚਾਰ ਲਿਆ, ਅਤੇ ਵਧੀਆ ਲੱਗਿਆ ਮੈਨੂੰ। ਬਾਬਾ ਮਿਹਰ ਕਰੇ ਸਾਰਿਆਂ 'ਤੇ, ਮਿਲਦੇ ਰਹੀਏ, ਹੈ ਨਾ, ਇੱਦੀ ਨਵੇਂ ਨਵੇਂ ਗੀਤ ਲੈ ਕੇ ਆਉਂਦੇ ਰਹੀਏ, ਅਤੇ ਸਾਰਿਆਂ ਨੂੰ ਪਸੰਦ ਆਉਣ, ਅਤੇ ਸਾਰਿਆਂ ਦੀਆਂ ਆਸ਼ਾਵਾਂ 'ਤੇ ਆਪਾਂ ਖਰੇ ਉਤਰ ਸਕੀਏ। ਬਾਕੀ ਮਾਲਕ ਮੱਤ ਬਖਸ਼ੇ, ਕਈ ਵਾਰ ਬੰਦੇ ਦਾ ਦਿਮਾਗ ਪਤਾ ਨਹੀਂ ਹੁੰਦਾ ਕਿੱਧਰ ਤੁਰ ਪਏ। ਸੋ ਦੋਸਤੋ, ਇਹ ਸਨ ਸਿੰਮਾ ਝਨੇੜੀ, ਜਿਨ੍ਹਾਂ ਦੇ ਨਾਲ ਆਪਾਂ ਕੀਤੀਆਂ ਗੱਲਾਂ ਬਾਤਾਂ, ਅਤੇ ਹੁਣ ਦਿਓ ਸਾਨੂੰ ਇਜਾਜ਼ਤ, ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।